ਮੋਗਾ ਜ਼ਿਲ੍ਹਾ ਦੇ ਕਸਬਾ ਬਦਨੀ ਕਲਾਂ ਦੇ ਇੱਕ ਧਾਰਮਿਕ ਡੇਰੇ ਵੱਲੋਂ ਬੀਤੀ 14 ਅਪ੍ਰੈਲ ਦੀ ਅੱਧੀ ਰਾਤ ਨੂੰ ਕਿਸਾਨ ਜਗਜੀਤ ਸਿੰਘ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਸਦੇ ਖੇਤ ਵਿੱਚ ਖੜ੍ਹੀ ਕੱਚੀ ਕਣਕ ਰਾਤ ਦੇ ਹਨੇਰੇ ਵਿੱਚ ਚੋਰੀ ਵੱਢਣ ਦੇ ਮਾਮਲੇ ਵਿੱਚ ਨਾਮਜ਼ਦ ਕਿਸੇ ਦੋਸ਼ੀਆਂ ਖਿਲਾਫ਼ ਦਰਜ ਹੋਏ ਮੁਕੱਦਮੇ ਦੇ ਬਾਵਜੂਦ ਵੀ ਗ੍ਰਿਫਤਾਰ ਨਾ ਕਰਨ ਦੇ ਰੋਸ ਵਜੋਂ ਸ਼ੁਰੂ ਹੋਏ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਥਾਣਾ ਬਦਲੀ ਕਲਾਂ ਅੱਗੇ ਮੋਗਾ ਬਰਨਾਲਾ ਮੁੱਖ ਮਾਰਗ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਲਗਾਤਾਰ ਦਿੱਤੇ ਜਾਣ ਵਾਲੇ ਧਰਨੇ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ, ਜ਼ਿਲ੍ਹਾ ਮੀਤ ਪ੍ਰਧਾਨ ਅਜੀਤ ਸਿੰਘ ਡੇਮਰੂ, ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਕਲ ਕਲਾਂ ਨੇ ਕਿਹਾ ਕਿ ਬਦਨੀ ਕਲਾਂ ਦੇ ਧਾਰਮਿਕ ਡੇਰੇ ਦੇ ਮੁਖੀ ਦੇ ਲੜਕੇ ਗੁਰਬਾਗ ਸਿੰਘ ਦੀ ਸ਼ਹਿ ਅਤੇ ਤਜਿੰਦਰ ਸਿੰਘ ਅਤੇ ਗੁਰਭਗਤ ਸਿੰਘ ਨੇ 150 ਦੇ ਲਗਭਗ ਬੰਦਿਆਂ ਨੂੰ ਨਾਲ ਲੈ ਕੇ ਕਿਸਾਨ ਜਗਜੀਤ ਸਿੰਘ ਵੱਲੋਂ ਬੀਜੀ ਅਤੇ ਪਾਲੀ ਹੋਈ ਕਣਕ ਵੱਢ ਲਈ ਸੀ। ਪੁਲਿਸ ਨੇ ਉਕਤ ਨਾਮਜ਼ਦ ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 40 ਮਿਤੀ 15 ਅਪ੍ਰੈਲ 2019 ਨੂੰ ਦਰਜ ਕੀਤਾ ਸੀ। ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਵਾਰ ਵਾਰ ਮਿਲਣ ਦੇ ਬਾਵਜੂਦ ਵੀ ਅੱਜ ਤੱਕ ਨਾਮਜ਼ਦ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਸਗੋਂ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਨੂੰ ਮਿਲ ਕੇ ਵਾਰ ਵਾਰ ਇਹ ਮੰਗ ਕੀਤੀ ਗਈ ਸੀ ਕਿ ਪਿੰਡ ਦਾ ਇਕੱਠ ਸੱਦ ਲਵੋ ਅਤੇ ਪਿੰਡ ਵਾਸੀਆਂ ਨੂੰ ਪੁੱਛ ਲਓ ਕਿ ਪਹਿਲਾਂ ਝੋਨਾ ਅਤੇ ਫਿਰ ਕਣਕ ਕਿਸਨੇ ਬੀਜੀ ਹੈ। ਕਾਨੂੰਨੀ ਤੌਰ 'ਤੇ ਜਿਸਨੇ ਕਣਕ ਬੀਜੀ ਹੈ ਉਸਦੇ ਵੱਢੇ ਜਾਣ ਦੀ ਗੱਲ ਨੂੰ ਮੰਨ ਕੇ ਜਦੋਂ ਜਥੇਬੰਦੀ ਨੇ ਬਚੀ ਹੋਈ ਕਣਕ ਵੱਢਣ ਦਾ ਐਲਾਨ ਕਰ ਦਿੱਤਾ ਤਾਂ ਪ੍ਰਸ਼ਾਸਨ ਨੇ 5 ਜੁਲਾਈ 2019 ਨੂੰ ਜ਼ਮੀਨ 'ਤੇ ਦਫਾ 145 ਲਗਾ ਕੇ ਰਹਿੰਦੀ ਬਚੀ ਖੁਚੀ ਕਣਕ ਆਪ ਹੀ ਵੱਢ ਲਈ। ਉਕਤ ਬੁਲਾਰਾ ਨੇ ਪ੍ਰਸ਼ਾਸਨ ਦੇ ਦੋਸ਼ੀਆਂ ਦੀ ਮਦਦ ਦਾ ਵੀ ਦੋਸ਼ ਲਗਾਇਆ। ਬੁਲਾਰਾ ਨੇ ਮੰਗ ਕੀਤੀ ਕਿ ਨਾਮਜ਼ਦ ਹੋ ਚੁੱਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਬਾਕੀ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ। ਬਰਬਾਦ ਕੀਤੀ ਗਈ ਕਣਕ ਦਾ ਪੂਰਾ ਮੁਆਵਜ਼ਾ ਪੀੜਤ ਕਿਸਾਨ ਜਗਜੀਤ ਸਿੰਘ ਨੂੰ ਦਿੱਤਾ ਜਾਵੇ। ਜ਼ਮੀਨ 'ਤੇ ਲਗਾਈ ਦਫਾ 145 ਨੂੰ ਖਤਮ ਕੀਤਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਇਹੀ ਦੋਸ਼ੀ ਤਜਿੰਦਰ ਸਿੰਘ ਅਤੇ ਉਸਦਾ ਪਿਤਾ ਗੁਰਭਗਤ ਸਿੰਘ, ਜਿਨ੍ਹਾਂ ਡੇਰੇ ਦੇ ਸ਼ਹਿਰ ਦੇ ਬਦਨੀ ਕਲਾਂ ਦੇ ਕਿਸਾਨ ਦੀ ਕੱਚੀ ਕਣਕ ਨੂੰ ਵੱਢ ਕੇ ਕਬਜ਼ਾ ਕਰਨਾ ਚਾਹਿਆ, ਇਹਨਾਂ ਵੱਲੋਂ ਮੋਗੇ ਦੇ ਕ੍ਰਿਸ਼ਨ ਭਾਈਚਾਰੇ ਦੀ ਜ਼ਮੀਨ ਹੜੱਪਣ ਲਈ ਮੋਗਾ ਵਿੱਚ ਕਬਜ਼ਾ ਕਰਨਾ ਚਾਹਿਆ, ਉੱਥੇ ਹੀ ਪਰਚਾ ਦਰਜ ਹੈ। ਇਹ ਕਿਸਾਨ ਦਾ ਵਾਲਾ ਹੋਇਆ ਕਬਜ਼ਾਦਾਰ ਵੱਢਾ ਗਏ ਹੋਇਆ ਜਿਨ੍ਹਾਂ ਨੂੰ ਨੱਥ ਲਾਉਣ ਦੀ ਲੋੜ ਹੈ, ਨਹੀਂ ਤਾਂ ਇਸੇ ਤਰ੍ਹਾਂ ਹੀ ਲੋਕਾਂ ਨਾਲ ਧੱਕੇਸ਼ਾਹੀ ਹੋਵੇਗੀ। ਇਕੱਠ ਵੱਲੋਂ ਵਿਸ਼ੇਸ਼ ਮਤਿਆਂ ਰਾਹੀਂ ਜੰਮੂ ਕਸ਼ਮੀਰ ਵਿੱਚ ਧਾਰਾ 370 ਖਤਮ ਕਰਕੇ ਦੋ ਕੇਂਦਰੀ ਰਾਜ ਬਣਾਉਣ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਧਾਰਾ 370 ਬਹਾਲ ਕਰਕੇ ਕਸ਼ਮੀਰੀਆਂ ਨੂੰ ਆਪ ਫੈਸਲਾ ਲੈਣ ਦਾ ਹੱਕ ਬਹਾਲ ਕੀਤਾ ਜਾਵੇ। ਇੱਕ ਹੋਰ ਮਤੇ ਰਾਹੀਂ ਦਿੱਲੀ ਵਿੱਚ ਕੇਂਦਰੀ ਪੁਲਿਸ ਵੱਲੋਂ ਗੁਰੂ ਰਵਿਦਾਸ ਮੰਦਰ ਢਾਉਣ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਇਸ ਦੇ ਵਿਰੁੱਧ ਰੋਸ ਵਜੋਂ ਪੰਜਾਬ ਬੰਦ ਦੀ ਹਮਾਇਤ ਕੀਤੀ ਗਈ। ਬੁਲਾਰੇ ਨੇ ਐਲਾਨ ਕੀਤਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਸਾਡਾ ਮੁਸ਼ਤਰਕਾ ਖਾਤਾ 30 ਕਿੱਲੇ ਜ਼ਮੀਨ ਆ, ਜਿਹਦੇ 'ਚੋਂ 13 ਕਰਾਣਾ ਜ਼ਮੀਨ ਸਾਡੇ ਤਾਏ ਦੇ ਲੜਕੇ ਨੇ ਸਾਨੂੰ ਬੈਅ ਕੀਤੀ ਆ 25-1-18 ਨੂੰ, ਔਰ ਇਹ ਸਾਧ ਨੇ ਉਹ ਜ਼ਮੀਨ ਦੇ ਵਿੱਚੋਂ 13 ਕਰਾਣਾ ਜ਼ਮੀਨ ਹਿੱਸੇ 'ਚੋਂ ਬਾਅਦ ਦੇ ਵਿੱਚ 11ਵੇਂ ਮਹੀਨੇ ਦੇ ਵਿੱਚ ਆ ਕੇ 18 'ਚ ਉਹ ਮੇਰੇ ਤਾਏ ਦੇ ਲੜਕੇ ਤੋਂ ਰਜਿਸਟਰੀ ਕਰਵਾਈ ਆ। ਇਹ ਕਬਜ਼ਾ ਲਾਲਚ ਦੇ ਵਿੱਚ ਇੱਥੇ ਹੀ ਕਰਨਾ ਚਾਹੁੰਦਾ ਜਿਹੜੀ ਉਹਦੇ ਠਾਠ ਦੇ ਨਾਲ ਲੱਗਦੀ ਆ, ਜਿਹੜਾ ਕਿ 2 ਟੱਕਾਂ 'ਚ ਜ਼ਮੀਨ ਆ। ਉਸ ਜ਼ਮੀਨ ਨੂੰ ਕਿਉਂ ਇੱਥੇ ਆਉਣਾ ਚਾਹੁੰਦਾ ਇਹ? ਕਿਉਂਕਿ ਇਹਦੇ ਨਾਲ ਲੱਗਦੀ ਆ, ਔਰ ਇਹਦਾ ਇਹੀ ਪਲੈਨਿੰਗ ਆ ਵੀ ਮੈਂ ਇਹ ਸਾਰੇ ਹੜੱਪ ਕੇ ਅਤੇ ਇੱਥੇ ਆਪਦਾ ਕੋਈ ਕੀਮਤੀ ਜ਼ਮੀਨ 'ਤੇ ਕਬਜ਼ਾ ਕਰਾਂ। ਕੋਈ ਅੱਜ ਤੱਕ ਤੁਹਾਡੀ ਪ੍ਰਸ਼ਾਸਨ ਨੇ ਸੁਣੀ ਗੱਲ ਕੋਈ ਸਰਕਾਰ ਨੇ? ਪ੍ਰਸ਼ਾਸਨ ਤਾਂ ਜੀ ਜਿਹੜਾ ਸਾਰਾ ਹੀ ਬਾਬੇ ਦਾ ਬਣਿਆ ਪਿਆ ਹੱਥੋਂ। ਇਹ ਬਾਬੇ ਦਾ ਕੀ ਨਾਂ ਕੀ ਹੈ ਜੀ? ਬਾਬੇ ਦਾ ਨਾਂ ਸੰਤ ਜੋਰਾ ਸਿੰਘ ਕਹਿੰਦੇ ਆ, ਉਹ ਤਾਂ ਜੋਰਾ ਠੱਗਾ ਹੈ। ਅੱਛਾ, ਅਤੇ ਹੁਣ ਤੁਸੀਂ ਅੱਜ ਧਰਨਾ ਕਿਉਂ ਲਾਇਆ? ਧਰਨਾ ਇਸ ਕਰਕੇ ਲਾਇਆ ਜੀ, ਸਾਡੀ ਇਹ ਜਿਹੜੀ ਇਹਨਾਂ ਨੇ ਕੱਚੀ ਕਣਕ ਵੱਢੀ ਸੀ 14 ਅਪ੍ਰੈਲ ਦੀ ਰਾਤ ਨੂੰ, ਉਹਦੇ 'ਚ ਇਹਨਾਂ 'ਤੇ ਪਰਚਾ ਹੋ ਗਿਆ ਸੀ ਗੁਰਬਖਸ਼ ਸਿੰਘ, ਤਜਿੰਦਰ ਸਿੰਘ ਅਤੇ ਜਗਜੀਤ ਸਿੰਘ ਜੱਜੀ ਇਹਦਾ ਠਾਠ ਦਾ ਸੇਵਾਦਾਰ ਆ ਦਿੱਲੀ ਦਾ ਅਤੇ ਪੁਰਾਣਾ ਗੁੰਡਾ ਉਹ, ਔਰ ਉਹਦੇ ਸੀਗਾ ਵੀ ਅਸੀਂ ਇਹਨੂੰ ਰਾਤ ਨੂੰ ਇਹਨੂੰ ਕਬਜ਼ਾ ਕਰ ਲਾਂਗੇ, ਬੱਲੀਆਂ ਡੌਂਕ ਦਿਆਂਗੇ। ਪਟਵਾਰੀ ਇਹਨਾਂ ਦਾ ਰਲਿਆ ਹੋਇਆ ਸੀ, ਉਹਨੇ ਗਰਦੌਰੀਆਂ ਚੇਂਜ ਕਰਤੀਆਂ ਜਸਪਾਲ ਸਿੰਘ ਆ ਖੋਟਿਆਂ ਦਾ, ਜਿਹੜਾ ਕਿ ਇਹਨਾਂ ਦਾ ਸਾਰਾ ਕਰਤਾ ਧਰਤਾ ਹੈ, ਔਰ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਉਹਨੂੰ ਗਰਦੌਰੀਆਂ ਚੇਂਜ ਕੀਤੀਆਂ ਅਤੇ ਰਾਤ ਨੂੰ ਇਹਨਾਂ ਨੇ ਉਹ ਕਣਕ ਜਿਹੜੀ ਆ ਉਹ ਮੇਰੀ ਕੱਟ, ਜਿਹਦਾ ਸਾਨੂੰ ਪਤਾ ਲੱਗਣ 'ਤੇ ਅਸੀਂ ਉਹਦੀ
ਪੁਲਿਸ ਨੂੰ ਨਾਲ ਲੈ ਕੇ ਆਪਣੇ ਪਿੰਡ ਦੇ ਲੋਕਾਂ ਦੇ ਨਾਲ ਇਹ ਗਏ ਭੱਜ, ਅਤੇ ਇਹਨਾਂ ਦੀਆਂ ਜਿਹੜੀਆਂ ਜੁੱਤੀਆਂ ਅਤੇ ਦਾਤੀਆਂ ਉਹ ਹਾਲੇ ਤੱਕ ਵੀ ਇੱਥੇ ਥਾਣੇ 'ਚ ਪਈਆਂ, ਅਤੇ ਇਨਕੁਆਇਰੀ ਪਤਾ ਨਹੀਂ ਪ੍ਰਸ਼ਾਸਨ ਕਾਹਦੀ ਕਰੀ ਜਾਂਦਾ ਜੀ। ਅਤੇ ਕੋਈ ਇਨਸਾਫ਼ ਮਿਲਿਆ ਅੱਜ ਤੱਕ ਤੁਹਾਨੂੰ? ਕੋਈ ਇਨਸਾਫ਼ ਨਹੀਂ ਮਿਲਿਆ ਗਿਆ, ਜਥੇਬੰਦੀ ਦਾ ਦਬਦਬਾ ਕਰਕੇ ਇਹ ਸਾਰਾ ਕੁਛ ਚੱਲੀ ਜਾਂਦਾ, ਨਹੀਂ ਤਾਂ ਇਹਨਾਂ ਨੇ ਹੁਣ ਮੈਨੂੰ ਕਿਸੇ ਕੇਸ 'ਚ ਪਾ ਕੇ ਅਤੇ ਪੈਲੀ ਵਾਹ ਜਾਣੀ ਸੀ ਸਰ। ਹੁਣ ਕੀ ਚਾਹੁੰਦੇ ਕੀ ਹੋ ਤੁਸੀਂ? ਹੁਣ ਮੈਂ ਇਹੀ ਚਾਹੁੰਦਾ ਵੀ ਇਹਨਾਂ ਨੂੰ ਸਜ਼ਾ ਮਿਲੇ ਜਿਹੜਾ ਇਹਨਾਂ ਨੇ ਕੀਤਾ ਹੈ, ਇਹੀ ਮੇਰੀ ਮੰਗ ਹੈ। ਕੋਈ ਬੰਦੇ ਗ੍ਰਿਫਤਾਰ ਕੀਤੇ ਨੇ ਕਿ ਨਹੀਂ ਅੱਜ ਤੱਕ? ਅਜੇ ਤੱਕ ਤਾਂ ਕੋਈ ਨਹੀਂ ਕੀਤਾ ਜੀ, ਅੱਜ ਕਹਿੰਦੇ ਆ ਦੋ ਬੰਦੇ ਹੀ ਅਰੈਸਟ ਕੀਤੇ ਸੀ ਜੀ, ਉਹਨਾਂ ਦੀ ਜ਼ਮਾਨਤ ਹੋ ਗਈ ਕੋਰਟ 'ਚੋਂ, ਪਰ ਜਿਨ੍ਹਾਂ ਨੇ ਕੀਤਾ ਉਹ ਤਾਂ ਸ਼ਰੇਆਮ ਤੁਰੇ ਫਿਰਦੇ ਆ। ਬਾਬੇ ਦੇ ਮੁੰਡੇ ਦਾ ਵੀ ਨਾਂ ਹੈਗਾ? ਬਾਬੇ ਦਾ ਮੁੰਡਾ ਸਾਰਿਆਂ ਕਰਤਾ ਧਰਦਾ ਜੀ ਸਾਜਿਸ਼ ਦਾ, 120B ਦੇ ਵਿੱਚ ਉਹ ਉੱਤੇ ਮਾਮਲਾ ਦਰਜ ਆ ਗੁਰਬਖਸ਼ ਸਿੰਘ ਦਾ ਨਾਂ ਉਹਦਾ। ਅੱਜ ਦਾ ਧਰਨਾ ਬੱਧਣੀ ਕਲਾਂ ਥਾਣੇ ਮੂਹਰੇ ਇਸ ਕਰਕੇ ਲਾਉਣਾ ਪਿਆ ਕਿ ਜਿਹੜੀ 14 ਅਪ੍ਰੈਲ ਦੀ ਰਾਤ ਦੀ ਕੱਚੀ ਕਣਕ ਇੱਥੋਂ ਦਾ ਜਿਹੜਾ ਠਾਠਾਲਾ ਬਾਬਾ ਵੱਜਦਾ ਉਹਦੇ ਮੁੰਡੇ ਗੁਰਬਖਸ਼ੇ ਨੇ 100-125 ਨਾਲ ਚੇਲੇ ਲੈ ਕੇ ਇੱਕ ਗੁੰਡਾ ਜ਼ਮੀਨਾਂ 'ਤੇ ਕਬਜ਼ੇ ਕਰਨ ਵਾਲਾ ਤੇਜਿੰਦਰ ਅਤੇ ਉਹਦਾ ਬਾਪ ਗੁਰਭਗਤ ਸਿੰਘ, ਉਹਨਾਂ ਰਾਹੀਂ ਜਗਜੀਤ ਸਿੰਘ ਕਿਸਾਨ ਹੈ ਬੱਧਣੀ ਦਾ, ਉਹਦੀ ਜ਼ਮੀਨ 'ਤੇ ਕਬਜ਼ਾ ਕਰਨ ਲਈ ਕੱਚੀ ਕਣਕ ਵੱਢਣੀ ਸ਼ੁਰੂ ਕਰਤੀ ਰਾਤ ਨੂੰ 10-11 ਵਜੇ। ਕਿਸਾਨ ਨੂੰ ਕੁਦਰਤੀ ਭਿਣਕ ਪੈ ਗਈ, ਉਹਨੇ ਥਾਣੇ ਵਾਲਿਆਂ ਨੂੰ ਵੀ ਕਿਹਾ ਅਤੇ ਬੰਦੇ ਵੀ ਇਕੱਠੇ ਕਰਕੇ ਲੈ ਗਿਆ, ਫਿਰ ਉਹ ਚੋਰਾਂ ਵਾਂਗੂ ਭੱਜ ਕੇ ਉਸ ਠਾਠ ਦੇ ਵਿੱਚ ਵੜ ਗਏ, ਕਿਉਂਕਿ ਜ਼ਮੀਨ ਠਾਠ ਦੇ ਬਿਲਕੁਲ ਨਾਲ ਲੱਗਦੀ ਹੈ। ਪਰਚਾ ਤਾਂ 15 ਅਪ੍ਰੈਲ ਦਾ ਦਰਜ ਕਰਨਾ ਪੈ ਗਿਆ ਥਾਣੇ ਨੂੰ, ਪਰ ਉਹਨਾਂ ਦੋਸ਼ੀਆਂ ਨੂੰ ਜਿਨ੍ਹਾਂ ਦੇ ਬਕਾਇਦਾ ਨਾਂ ਲਿਖਾਏ ਆ ਪਰਚੇ ਵਿੱਚ ਜਗਜੀਤ ਸਿੰਘ ਨੇ, ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ। ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਰ ਕੋਈ ਨਹੀਂ ਕੀਤੀ, ਸਿਰਫ ਬਹਾਨਾ ਬਣਾਇਆ ਜਾ ਰਿਹਾ ਕਿ ਪੁਲਿਸ ਦੀ ਇਨਕੁਆਇਰੀ ਚੱਲਦੀ ਹੈ। ਹਾਲਾਂਕਿ ਕਾਨੂੰਨ ਇਹ ਕਹਿੰਦਾ ਜਿੰਨਾ ਚਿਰ ਅਦਾਲਤ ਦੇ ਵਿੱਚੋਂ ਗ੍ਰਿਫਤਾਰੀ ਸਟੇਅ ਨਾ ਹੋਵੇ, ਰੋਕ ਨਾ ਲੱਗੇ, ਉਹਨਾਂ ਚਿਰ ਉਹ ਗ੍ਰਿਫਤਾਰੀ ਲਾਜ਼ਮੀ ਕਰਨੀ ਚਾਹੀਦੀ ਹੈ ਜਿਹੜਾ FIR ਦੇ ਵਿੱਚ ਨਾਂ ਆ ਗਿਆ, ਪਰ ਇਹ ਲਗਾਤਾਰ ਉਹਨੂੰ ਟਾਲਦੇ ਤੁਰੇ ਆ ਰਹੇ ਆ। ਅਨੇਕਾਂ ਡੈਪੂਟੇਸ਼ਨ ਮਿਲੇ ਆ SSP DC ਤੱਕ, ਪਰ ਸਾਰੇ ਲਾਰਾ ਹੀ ਲਾਉਂਦੇ ਰਹੇ ਆ। ਅੱਜ ਵੀ ਇਸ ਧਰਨੇ ਦੇ ਵਿੱਚ ਇੱਥੇ DSP ਮਨਜੀਤ ਸਿੰਘ ਨੇ ਹਲਸੋਂ ਵਾਲਾ ਅਤੇ SHO ਥਾਣਾ ਬੱਧਣੀ ਕਲਾਂ ਦੇ ਉਹਨਾਂ ਨੇ ਸਾਡੇ ਨਾਲ ਮੀਟਿੰਗ ਕਰਕੇ ਬਾਹਰ ਸਟੇਜ 'ਤੇ ਆ ਕੇ DSP ਮਨਜੀਤ ਸਿੰਘ ਨੇ ਜਦੋਂ ਇਹ ਯਕੀਨ ਦਵਾਤਾ ਬਈ 10 ਦਿਨਾਂ ਦੇ ਅੰਦਰ ਅੰਦਰ ਉਹ ਰਿਪੋਰਟ ਮੁਕੰਮਲ ਕਰਾਂਗੇ ਇਨਕੁਆਇਰੀ ਵਾਲੀ, ਅਤੇ ਤੁਰੰਤ ਬਾਅਦ ਉਹਦੇ 'ਤੇ ਕਾਰਵਾਈ ਕਰਾਂਗੇ, ਗ੍ਰਿਫਤਾਰੀ ਕਰਾਂਗੇ। ਇਹ ਯਕੀਨ ਸਟੇਜ 'ਤੇ ਦਵਾਉਣ ਤੋਂ ਬਾਅਦ 'ਚ ਅੱਜ ਦਾ ਧਰਨਾ ਸਮਾਪਤ ਕੀਤਾ ਗਿਆ। ਰਣਨੀਤੀ ਕੀ ਬਣਾਈ ਹੈ ਜਿਹੜੀ ਹੈ ਕਿਸਾਨ ਦੇ ਸੰਬੰਧ ਦੇ ਵਿੱਚ? ਇਸ ਮਸਲੇ 'ਚ ਜਿਹੜਾ ਕਿਸਾਨ ਦੀ ਜ਼ਮੀਨ ਵਾਲਾ ਮਸਲਾ, ਅਗਲੀ ਰਣਨੀਤੀ ਇਹ ਹੈ ਵੀ ਜੇ ਪ੍ਰਸ਼ਾਸਨ ਅੱਜ ਵਾਲਾ ਸਟੇਜ ਤੋਂ ਦਿੱਤਾ ਗਿਆ ਵਾਅਦਾ ਪੂਰਾ ਕਰਨ ਤੋਂ ਵੀ ਭੱਜ ਗਿਆ ਤਾਂ ਫਿਰ ਇੱਥੇ ਪੱਕਾ ਮੋਰਚਾ ਲੱਗੂਗਾ, ਇਸੇ ਥਾਂ 'ਤੇ ਲੱਗੂਗਾ। ਫਿਰ ਇਹਨਾਂ ਦੇ ਕਿਸੇ ਵਾਅਦੇ 'ਤੇ ਕੋਈ ਯਕੀਨ ਨਹੀਂ ਕਰਨਾ ਜਿੰਨਾ ਚਿਰ ਪੂਰਾ ਇਨਸਾਫ ਨਹੀਂ ਮਿਲਦਾ ਜਗਜੀਤ ਸਿੰਘ ਨੂੰ, ਜਿਹਨੂੰ ਇਕੱਲਾ ਉਹ ਗ੍ਰਿਫਤਾਰ ਨਹੀਂ ਕਰਾਉਣੇ, 4 ਕਿੱਲੇ ਉਜਾੜੀ ਹੋਈ ਕਣਕ ਦਾ ਮੁਆਵਜ਼ਾ ਵੀ ਦੇਣਾ, ਅਤੇ ਜਿਹੜੀ 145 ਲਾ ਕੇ ਉਹ ਜ਼ਮੀਨ ਬੰਜਰ ਬਣਾਈ ਪਈ ਹੈ ਉਹ 145 ਵੀ ਤੜਵਾਉਣੀ ਹੈ। ਠੀਕ ਹੈ। ਅੱਜ ਧਰਨਾ ਅਸੀਂ
ਪੀੜਤ ਕਿਸਾਨ ਜਗਜੀਤ ਸਿੰਘ ਨੂੰ ਉਹਦਾ ਜਿਹੜਾ ਫਸਲ 4 ਕਿੱਲੇ ਬੀਜੀ ਹੋਈ ਕਣਕ ਆ ਜਿਹੜੀ 2 ਕਿੱਲੇ ਤਾਂ ਸਾਧ ਦਾ ਮੁੰਡਾ ਗੁਰਬਖਸ਼ਾ ਉਹਨੇ ਆਪਦੇ ਜਾਣੀ ਜਿਹੜੇ ਡੇਰੇ ਦੇ ਪੈਰੋਕਾਰ ਆ 150 ਬੰਦਾ ਨਾਲ ਲੈ ਕੇ ਦਾਤੀਆਂ ਦੇ ਨਾਲ ਉਹ 14 ਅਪ੍ਰੈਲ ਨੂੰ ਡੁੰਗ ਲਿਆ ਸੀਗਾ ਤਾਂ 15 ਤਰੀਕ ਨੂੰ ਉਹਦੇ 'ਤੇ 22 ਨੇਮ ਪਰਚਾ ਦਰਜ ਹੋਇਆ ਤੇਜਿੰਦਰ ਆ ਉਹਦਾ ਪਿਤਾ ਗੁਰਭਗਤ ਆ ਹੋਰ 150 ਅਣਪਛਾਤਾ ਬੰਦਾ ਸੀਗਾ ਉਹਦੇ 'ਚ ਪਰ ਪੁਲਿਸ ਪ੍ਰਸ਼ਾਸਨ ਨੇ ਅੱਜ ਤੱਕ ਉਹਦੇ 'ਚੋਂ ਇੱਕ ਵੀ ਬੰਦਾ ਰਜਿਸਟਰ ਨਹੀਂ ਕੀਤਾ ਅੱਜ ਪਤਾ ਲੱਗਿਆ ਸਾਨੂੰ ਮਿਲਣ 'ਤੇ ਵੀ 2 ਬੰਦੇ ਅਸੀਂ ਰਜਿਸਟਰ ਕਰੇ ਸੀਗੇ ਜੀ ਉਹਨਾਂ ਦੀ ਜਵਾਨਤ ਹੋ ਗਈ ਆ ਪਰ ਸਾਨੂੰ ਇਨਫੋਰਮੇਸ਼ਨ ਨਹੀਂ ਸੀ ਇਸ ਚੀਜ਼ ਦੀ ਜਿਵੇਂ ਅੱਜ ਤੱਕ ਕਿਹਨਾਂ ਨੇ ਕੋਈ ਬੰਦਾ ਫੜਿਆ ਅੱਜ ਕਾਗਜ਼ੀ ਕਾਰਵਾਈ 'ਚ ਹੋ ਸਕਦਾ ਵੀ 2 ਬੰਦੇ ਇਹਨਾਂ ਨੇ ਉਹ 'ਚ ਗ੍ਰਿਫਤਾਰ ਕੀਤੇ ਸੀਗੇ ਫਿਰ ਜਾਣੀ ਕਿ ਜਦੋਂ ਦੇ ਅਸੀਂ ਵਾਰ ਵਾਰ SSP DC ਨੂੰ ਮਿਲਦੇ ਰਹਿੰਦੇ ਹਾਂ ਸਾਨੂੰ ਫੋਕੇ ਵਿਸ਼ਵਾਸ ਦਵਾਏ ਜਾਂਦੇ ਆ ਕਿ ਹਾਂ ਜੀ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਪਰ ਹਕੀਕਤ ਦੇ ਵਿੱਚ ਜਿਵੇਂ ਅੱਜ ਤੱਕ ਪ੍ਰਸ਼ਾਸਨ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਕਿਸਾਨ ਜਗਜੀਤ ਸਿੰਘ ਜਿਹਦੇ ਕੋਲ ਅੱਜ ਖਾਣ ਨੂੰ ਦਾਣੇ ਵੀ ਹੈ ਨਹੀਂ ਗਏ ਕਿਉਂਕਿ ਜਿਹੜੀ ਰਹਿੰਦੀ 2 ਕਿੱਲੇ ਕਣਕ ਸੀ ਉਹ ਵੀ ਪ੍ਰਸ਼ਾਸਨ ਨੇ 45 ਲਾ ਕੇ ਰਾਤ ਨੂੰ ਜਾਣੀ ਦੀ 10 ਵਜੇ ਲਾਈਟਾਂ ਦੇ ਚਾਨਣੇ ਉਹ ਬਰਬਾਦ ਕਰਤੀ ਵੱਢੀ ਵੀ ਹੈ ਨਹੀਂ ਚੱਜ ਨਾਲ ਜਾਣੀ ਦੀ ਕਹਿੰਦੇ ਜੀ 45 ਲੱਗ ਗਈ ਤਹਿਸੀਲਦਾਰ ਦੀ ਹਾਜ਼ਰੀ 'ਚ ਕਹਿੰਦੇ ਅਸੀਂ ਵੱਢ ਲਈ ਪਰ ਉਹ ਬਰਬਾਦ ਕੀਤੀ ਜੇ ਸੁਬਾਹ ਜਦੋਂ ਆ ਕੇ ਦੇਖਿਆ ਸਾਡਾ ਤਾਂ ਉਦੋਂ ਵੱਢਦਿਆਂ ਨੇ ਜਦੋਂ ਅਸੀਂ ਮਾੜਾ ਜਿਹਾ ਵਿਰੋਧ ਕਰਿਆ ਪਿੰਡ ਵਾਲਿਆਂ ਨੇ ਆ ਕੇ 2 ਮੋਟਰਸਾਈਕਲ 2 ਮੋਬਾਇਲ 2 ਟਰੈਕਟਰ ਸਾਡੇ ਰਜਿਸਟਰ ਕਰ ਲਏ ਪਰ ਅਸੀਂ ਵਾਰ ਵਾਰ ਕਹਿੰਦੇ ਰਹੇ ਹਾਂ ਕਿ ਕਣਕ ਦੀ ਟਰਾਲੀ ਬੱਲੀਆਂ ਦੀ ਭਰੀ ਵੀ ਆ ਟਰੈਕਟਰ 68 ਦੇ ਵਿੱਚ ਖੜਾ ਅੱਜ ਤੱਕ ਵੀ ਇੱਥੋਂ ਦੇ ਪ੍ਰਸ਼ਾਸਨ ਨੇ ਉਹਨੂੰ ਰਜਿਸਟਰ ਨਹੀਂ ਕੀਤਾ ਨਾ ਕੋਈ ਬੰਦੇ ਨੇ ਕੀਤਾ ਹੁਣ ਜਾਣੀ ਜੀ ਸਾਡਾ ਤਾਂ ਇੱਥੋਂ ਸਿੱਧ ਹੋ ਗਿਆ ਕਿ ਇੱਥੋਂ ਦੇ ਸਾਧ ਅਤੇ ਰਾਜਨੀਤਿਕ ਲੋਕ ਅਤੇ ਗੁੰਡੇ ਅਤੇ ਲੋਟੂ ਇਹ ਢਾਣੀ ਇੱਕ ਰਲੀ ਵੀ ਆ ਜਿੰਨਾ ਚਿਰ ਅਸੀਂ ਕਿਸਾਨ ਜਥੇਬੰਦੀਆਂ ਇਨਕਲਾਬੀ ਲੋਕ ਇਕੱਠੇ ਹੋ ਕੇ ਇਹਨਾਂ ਦੀ ਧੌਣ 'ਤੇ ਗੋਡਾ ਨਹੀਂ ਰੱਖਦੇ ਉਨਾ ਚਿਰ ਇਹ ਜਿਹੜਾ ਸਾਡਾ ਭੋ ਮਾਫੀਆ ਗਰੋਹ ਆ ਬਣਿਆ ਵਾ ਇਹਨਾਂ ਗੁੰਡਿਆਂ ਦਾ ਸਾਡੀਆਂ ਜ਼ਮੀਨਾਂ ਖੋਲ੍ਹਣ ਨੂੰ ਇਹ ਖੋਹਣ ਨੂੰ ਤੁਲੇ ਵੇ ਆ ਇਹ ਉਨਾ ਚਿਰ ਰੁਕੂਗਾ ਨਹੀਂ ਜਿੰਨਾ ਚਿਰ ਸਾਡੇ ਕਿਸਾਨ ਭਰਾ ਮਜ਼ਦੂਰ ਇਕੱਠੇ ਹੋ ਕੇ ਇਹਨਾਂ ਦੇ ਵਿਰੁੱਧ ਲੜਾਈ ਨਹੀਂ ਲੜਦੇ ਠੀਕ ਹੈ ਇਹਦੇ ਸੰਬੰਧੀ ਮੈਂ ਦੱਸਣਾ ਚਾਹੁੰਦਾ ਥਾਣਾ ਬੱਦਰੀ ਕਲਾਂ ਵਿਖੇ 15/4/19 ਨੂੰ ਮੁਕੱਦਮਾ ਨੰਬਰ 40 ਅਧੀਨ ਧਾਰਾ 447 511 427 379 ਵਗੈਰਾ ਧਰਾਵਾਂ ਅਧੀਨ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਹਦੇ ਵਿੱਚੋਂ ਅਸੀਂ 2 ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਅਤੇ ਭਾਰਤੀ ਕਿਸਾਨ ਯੂਨੀਅਨ ਇਹ ਮੰਗ ਕਰ ਰਹੀ ਆ ਵੀ ਜਿਹੜੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹਦੇ ਵਿੱਚ ਦੱਸਣ ਯੋਗ ਗੱਲ ਇਹ ਆ ਵੀ ਇਸ ਮੁਕੱਦਮਾ ਦੀ ਪੜਤਾਲ ਸਾਡੇ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਮਾਨਯੋਗ SP ਹੈੱਡਕੁਆਟਰ ਸਾਹਿਬ ਕਰ ਰਿਹਾ ਜਦੋਂ ਉਹਨਾਂ ਦੀ ਪੜਤਾਲ ਰਿਪੋਰਟ ਸਾਡੇ ਪਾਸ ਆ ਜਾਂਦੀ ਹੈ ਅਤੇ ਜੋ ਵੀ ਬਣਦੀ ਹੋਈ ਕਾਰਵਾਈ ਅਸੀਂ ਤੁਰੰਤ ਲਿਆਉਣ ਕਰਨ ਦੇ ਲਈ ਪਵਾਉਂਦੇ ਠੀਕ ਇੱਕ ਝਗੜਾ ਕੀ ਸੀਗਾ ਜੀ ਜ਼ਮੀਨ ਦਾ ਇਹ ਇਹਨਾਂ ਦਾ ਕੋਈ ਆਪਸ ਵਿੱਚ ਇੱਕ ਕਿਸਾਨ ਜਗਜੀਤ ਸਿੰਘ ਦਾ ਅਤੇ ਇੱਥੇ ਇੱਕ ਡੇਰਾ ਬੱਦਣੀ ਕਲਾਂ ਦਾ ਉਹਨਾਂ ਦਾ ਕੋਈ ਆਪਸ ਵਿੱਚ ਹੀ ਕੋਈ ਜ਼ਮੀਨ ਦਾ ਝਗੜਾ ਸੀਗਾ ਜ਼ਮੀਨ ਦੇ ਪੁਜੈਸ਼ਨ ਸੰਬੰਧੀ ਹੁਣ ਇਹਨਾਂ ਨੂੰ ਕੀ ਭਰੋਸਾ ਕੀ ਦਿੱਤਾ ਜੀ ਇਹਨਾਂ ਨੂੰ ਅਸੀਂ ਇਹੀ ਭਰੋਸਾ ਕੀਤਾ ਪੜਤਾਲ ਰਿਪੋਰਟ ਜਦੋਂ ਸਾਡੇ ਕੋਲ ਆ ਜਾਂਦੀ ਹੈ ਅਤੇ ਉਸ ਤੋਂ ਬਾਅਦ ਤੁਰੰਤ ਅਸੀਂ ਬਣਦੀ ਕਾਰਵਾਈ ਅਮਲ ਵਿੱਚ ਲਿਆਵਾਂ ਆਵਾਜ਼ੀ ਕੰਮ TV ਲਈ ਮੋਗਾ ਤੋਂ ਚਮਕਾਰ ਸਿੰਘ ਲੋਪੋ ਦੀ ਰਿਪੋਰਟ।